ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਕਰ ਰ ਨਿੱਗਾ ਸਵਾਗਤ ਅੱਜ ਹੋਗੀ 1 ਮਾਰਚ ਔਰ 1 ਮਾਰਚ ਕੇ ਬੜੀਆਂ ਖਬਰਾਂ ਥਾਰੇ ਪਾ ਰੇਡੀਓ ਪ੍ਰੋਗਰਾਮ ਕੇ ਜਰੀਏ ਲੈ ਕੇ ਪਹੁੰਚ ਲਿਆ ਔਰ ਜਿਸ ਕੇ ਵਿੱਚ ਮੈਂ ਪਹਿਲਾ ਹੈਡਲਾਈਨ ਆਪ ਨਿੱਗਾ ਮਾਰ ਲਿਆ ਪੰਜਾਬ ਵਿਧਾਨ ਸਭਾ ਬਜਟ اجلاس ਕੇ ਵਿੱਚ ਮਾ ਕਰੋਨੇ ਕਾ ਸਾਇਆ ਦੋ ਹੋਰ ਯੋ ਕਹਿ ਲੋ ਕਾਂਗਰਸ ਕੇ ਵਿਧਾਇਕ ਪੋਜੀਟਿਵ ਨਿਕਲ ਗਾਏ ਔਰ ਇਸ ਕੇ ਗੈਲ ਗੈਲਾ ਜਿਹੜੀ ਬੜੀ ਖਬਰ ਨਿਕਲਕਾਰੀ ਯੋ ਲੱਖੇ ਸਿਧਾਣੇ ਦੇ ਉੱਪਰ ਬੜੀ ਕਾਰਵਾਈ ਫੇਸਬੁੱਕ ਦਾ ਅਕਾਊਂਟ ਕਾਇ ਬੰਦ ਹੋ ਗਿਆ ਹਾਰਿਸ ਕੇ ਗੈਲਗੈਲਾ ਕਰੋਨਾ ਦਾ ਮਾਇਆ ਜਾਲ ਰੰਧਾਵਾ ਯੋ ਜਿਹੜਾ ਸੁਖਜਿੰਦਰ ਰੰਧਾਵਾ ਇਸ ਦਾ ਕਰੋਨਾ ਟੈਸਟ ਕਰਿਆ 24 ਘੰਟੇ ਬਾਅਦ ਤਿੰਨ ਟੈਸਟ ਕਰੇ ਜਿਸਮਾ ਇੱਕ ਪੋਜ਼ਿਟਿਵ ਦੋ ਨੈਗੇਟਿਵ ਸਾਂਹ ਤੇ ਬਾਹਰ ਹਾਰਿਸ ਕੇ ਗੈਲਗੈਲਾ ਕਸਾਨ ਮਹਾ ਪੰਚਾਇਤਾਂ ਦੇ ਜਿੱਥਾ ਅਦੌਰ ਚੱਲ ਰਿਹਾ ਉੱਥੇ ਕੇਜਰੀਵਾਲ ਵੀ ਕੱਲ ਬੜੀ ਪੰਚਾਇਤ ਕਰਕਾ ਯਾਰ ਕਸਾਨਾ ਗੈਲ ਪੰਚਾਇਤ ਮੈਂ ਪਹੁੰਚਿਆ ਕੇਜਰੀਵਾਲ ਲਾਲ ਕਿਲੇ ਕੇ ਉੱਪਰ ਵੀ ਬੜੀ ਗੱਲਬਾਤ ਕਰੀ ਟਰੈਕਟਰਾਂ ਦਾ ਤੇਲ ਪਵਾ ਕੇ ਰੱਖਣ ਨੂੰ ਕਿਹਾ ਯੁੱਟ ਕਹਤ ਨੇ ਕਹਾ ਦਿੱਲੀ ਕਦੇ ਵੀ ਆਣਾ ਪੈ ਸਕਾ ਕਸਾਨਾ ਦਾ ਨਮਾ ਐਲਾਨ ਪਿੰਡਾਂ ਵਾ ਇਹ ਕਿਸੇ ਨੂੰ ਬੜਨ ਦੇ ਦਿੰਦਾ ਤੇ ਖਾਸ ਕਰਕੇ ਬਿਜਲੀ ਵਿਭਾਗ ਦੇ ਵਾਲੇ ਦੋ ਆਪਣੀ ਸੇਫਟੀ ਗੈਲ ਲੈ ਕੇ ਪਰਿਓ ਅਰਜਮਾਨ ਤੇਵਾਲ ਪਹਿਲੀ ਵਾਰ ਸਟੇਜ 'ਤੇ ਪਹੁੰਚੀ ਨੌਦੀਪ ਕੌਰ ਆਰ ਉਸਨੇ ਅਹਿਮ ਗੱਲਾਂ ਵੀ ਦਸੀਆਂ ਆਰ ਵੀਰ ਪਹਿਲਾਂ ਬੜੀ ਖਬਰ ਦੇ ਉੱਪਰ ਬਾਤ ਕਰਾਂ ਵੀਰ ਜਿਹੜੀ ਬੜੀ ਖਬਰ ਨਿਕਲ ਕਾਰੀ ਯੋ ਕਹਿ ਲੋ ਵੀਰ ਜਿੱਥਾਰ ਰਕੇਸ਼ ਤਕੈਦ ਕੀ ਬਾਤ ਕਰਾਂ ਰਕੇਸ਼ ਤਕੈਦ ਨੇ ਬੜਾ ਐਲਾਨ ਕਰਤਿਆ ਵੀਰ ਰਕੇਸ਼ ਤਕੈਦ ਕਹਿ ਰਿਹਾ ਟਰੈਕਟਰਾਂ ਮਾ ਤੇਜ਼ ਪੁਆ ਕਰਖੋ ਭਾਰਤੀ ਕਿਸਾਨ ਯੂਨੀਅਨ ਕਾ ਬੁਲਾਰਾ ਖੇਤੀਬਾੜੀ ਸੋਧ ਦੇ ਉੱਪਰ ਕਹਿ ਰਿਆ ਕਾ ਜੇ ਸੋਧ ਨਹੀਂ ਕਰਦੇਗਾ ਕੋਈ ਬਾਤ ਨਹੀਂ ਕਾਨੂੰਨ ਖਤਮ ਕਰਨਾ ਕਾ ਮਾਰੀਓ ਪਹਿਲੀ ਪੇਸਕਸ আর ਸ਼ਾਮਲੀ ਦੇ ਵਿੱਚ ਮ ਬੜੀ ਮਾਂ ਪੰਚਾਇਤ ਕਰੀ ਯਾਰ ਆਪਣੇ ਟਰੈਕਟਰਾਂ ਵਾਂਗ ਕਾ ਤੇਲ ਭਰ ਕਾ ਰੱਖੋ ਦਿੱਲੀ ਕਦੇ ਵੀ ਕਾਲ ਆ ਸਕਾ ਹਰ ਇਸਤੇਲਾਬਾ ਸੰਸਦ ਦੇ ਵਿਧਾਇਕ ਆਪਣੀ ਪੈਨਸ਼ਨ ਛੱਡੇ ਯੋ ਬਾਤ ਵੀ ਤਕਾਇਤ ਨੇ ਕਹੀ ਯਾਰ ਕੇਸ਼ਟ ਕਾਇਦ ਕਰਿਆ ਕਾ ਆਪਾਂ ਕਾ ਸੋਧ ਨਹੀਂ ਚਾਹਦੇ ਕਾਨੂੰਨ ਖਤਮ ਹੋਣੇ ਚਾਹੀਦੇ ਯਾਰ ਬਿਨਾ ਪੁੱਛੇ ਕਾਨੂੰਨ ਬਣਾਏ ਫੇਰ ਵੀ ਪੁੱਛਰੇ ਵੀ ਕਿਸ ਚੀਜ਼ ਦੀ ਕਾਂਟ ਆਰ ਅਨਾਜ ਦੀ ਤਜੋਰੀ ਇਸ ਇਸ ਨੂੰ ਬੰਦ ਰੱਖਣਾ ਚਾਹਨ ਅਨਾਜ ਨੂੰ ਤਜੋਰੀ ਉਹ ਆ ਭੁੱਖੇ ਆ ਭੁੱਖਿਆਂ ਵਪਾਰ ਹੋ ਰਿਹਾ ਕਾ ਲੋਕ ਭੁੱਖੇ ਮਰ ਜਗੇ ਜੇ ਕਾਨੂੰਨ ਆ ਗਿਆ ਆਰ ਵੀਰ ਯੋ ਕਾਇਸਾ ਗਾਬੀਰ ਕੇ ਸਟਕਾਇਤ ਯੋ ਗਾਜੀਪੁਰ ਬਾਰਡਰ ਦੇ ਉੱਪਰ ਜਿੱਦਣ ਗਾ ਬੈਠਿਆ ਇਸ ਕਾ ਨਾਓ ਪੂਰੀ ਦੁਨੀਆ ਮੇ ਚਮਕ ਗਿਆ ਯੋ ਬਾਤ ਪੱਕੀ ਵੀਰ ਅਰ ਇਸਕੇ ਗੱਲ-ਗੱਲ ਆ ਸੁਪੇ ਮਹਾਪੰਚਾਇਤ ਕਰਨੇ ਦੀ ਬਾਤ ਕਰਤੀ ਆ ਰਯਾ ਯੋ ਕੈਲੋ ਵੀਰਾ ਅੰਦੋਲਨ ਦੀ ਧਾਰਤਾ ਤੇਜ ਹੋਵੇਗੀ ਜਦ ਟਕੈਤ ਸਾਹਿਬ ਕੇਜਰੀਵਾਲ ਕੀ ਤਰ੍ਹਾਂ ਇੱਕ ਨੇਤਾ ਬਣ ਜੇਗੇ ਯੋ ਹੀ ਲਗਣ ਲੱਗ ਗਿਆ ਕੇਜਰੀਵਾਲ ਵੀ ਯੋ ਕੈਲੋ ਵੀ ਪਹਿਲਾ ਨੇਤਾ ਬਣਿਆ ਤਾਂ ਅਰ ਟਕੈਤ ਸਾਹਿਬ ਕੇ ਯੋ ਕੈਲੋ ਵੀ ਪੇਪਰ ਚੱਲ ਰੇ ਹਲੇ ਆ ਇਸਕਾ ਰਿਜ਼ਲਟ 40 ਲੱਖ ਟਰੈਕਟਰਾਂ ਕੀ ਪ੍ਰੇਡ ਤੇ ਬਾਅਦ ਨਿਕਲ ਕਾਵੇਗਾ ਕਿਉਂਕਿ ਪਹਿਲਾ ਪੇਪਰ 26 ਜਨਵਰੀ ਨੂੰ ਟਕੈਤ ਕਾ ਹੋਇਆ ਤਾਂ ਜਦ ਇਸ ਪੇਪਰ ਦੇ ਵਿੱਚ ਮਾਂ ਬਿਰ ਟਕੈਤ ਰੋਣ ਲੱਗ ਗਿਆ ਦਾ ਯੋ ਕਹਿ ਲੋ ਵੀ ਰੋਣੇ ਕੇ ਨੰਬਰ ਲਗੇ ਉਸੇ ਬਾਅਦ ਇਸ ਨੂੰ ਪੇਪਰਾਂ ਵਿੱਚ ਬਿਠਾ ਦਿਆ ਜਿੱਤਰਾ ਕਹਿ ਲੋ ਵੀ ਕੇਜਰੀਵਾਲ ਅੰਨਾ ਹਜ਼ਾਰੇ ਕੇ ਗੈ ਲਾਇਆਤਾ ਪੇਪਰ ਦੇਣ ਵਾਸਤਾ ਅੰਨਾ ਹਜ਼ਾਰੇ ਪਹੁੰਚਿਆ ਦਾ ਜੰਤਰ ਮੰਤਰਪਾ ਲੇਕਿਨ ਜੰਤਰ ਮੰਤਰਪਾ ਐਸਾ ਜੰਤਰ ਮੰਤਰ ਕੇਜਰੀਵਾਲ ਨੇ ਮਾਰਿਆ ਯੋ ਕਹਿ ਲੋ ਵੀਰ ਕੇਜਰੀਵਾਲ ਦਿੱਲੀ ਕੇ ਉੱਪਰ ਬਹਿ ਗਿਆ ਜਾਗਾ ਸਿਆਸਤ ਇਹ ਵੀ ਦਿੱਲੀ ਦੇ ਉੱਪਰ ਰਾਜ केजरीवाल ਕਰ ਰਿਹਾ ਕੰਨਾ ਹਜ਼ਾਰੇ ਜੋ ਕਹਿ ਲੋ ਰਾਲੇਗਨ ਸਿੱਧੀ ਦੇ ਵਿੱਚੋਂ ਬੈਠਿਆ ਬਾ ਇਸ ਕਰ ਕਬਿਰ ਥਮ ਕਹਾਂਗੇ ਲਾਡਾ ਜਿੱਤਰੇ ਕੀ ਬਾਤਾਂ ਕਰ ਰਿਹਾ ਉੱਤਰ ਪ੍ਰਦੇਸ਼ ਦੇ ਮਿਰਠ ਜ਼ਿਲ੍ਹੇ ਦੇ ਵਿੱਚ ਮਾ ਕੱਲ ਮਾ ਪੰਚਾਇਤ ਹੋਈ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥਾ ਸਪੈਸ਼ਲ ਪਹੁੰਚਿਆ ਕਿਸਾਨਾਂ ਕੇ ਹਮਾਇਤਮਾ ਬੋਲਿਆ ਬੋਧੀ ਸਰਕਾਰ ਬਾ ਤਿੱਖਾ ਨਿਸ਼ਾਨਾ ਮਾਰਿਆ ਆ ਲਾਲ ਕਿਲੇ ਕੇ ਉੱਪਰ ਸਾਰਾ ਕਾਂਡ ਦਾ ਭਾਜਪਾ ਨੇ ਖੁਦ ਕਰਾਇਆ ਜੋ ਬਾਤ ਵੀ ਕਹੀ ਮਾ ਪੰਚਾਇਤ ਉਹ ਹੀ ਕੱਲ ਉੱਥਾ ਜਿੱਥਾ ਭਗਵੰਤ ਮਾਨ ਨੇ ਵੀ ਬਹੁਤ ਬਾਤਾਂ ਸੁਣਾਈਆਂ ਖੈਰ ਭਗਵੰਤ ਮਾਨ ਵੀਰੇ ਸਿਆਸਤ ਦੀਆਂ ਗੱਲਾਂ ਘੱਟ ਕਰ ਕਾ ਚੁਟਕਲੇ ਜ਼ਿਆਦਾ ਸੁਣਾਵਾ ਇਸ ਚੀਜ਼ ਨੂੰ ਆਪਾਂ ਛੱਡਲਾ ਨਹੀਂ ਸਕਦੇ ਪਰ ਜੋ ਕੱਲ ਉਹ ਵੀ ਈਵ ਪੰਜਾਬੀ ਦੇ ਵਿੱਚੋਂ ਥੋੜੀ ਜੀ ਮਿਕਸਡ ਟਾਈਪ ਜੀ ਕਰਕੇ ਹਿੰਦੀ ਬੋਲਿਆ আর ਇਸ ਕਾ ਵੀ ਬੜਾ ਫਾਇਦਾ ਜਿਹੜਾ ਮਤਲਬ ਕੱਲ ਉੱਥਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਸਮਝ ਆ ਰਹੀ ਸੀ ਵੀ ਕਹਿਣਾ ਕਿਆ ਚਾਹ ਹਰ ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਕੇ ਲੋਕਾਂ ਨੂੰ ਦੱਸਿਆ ਵੀ ਜਾਣ ਪੁੱਝੇਗਾ ਕਾ ਉੱਥਾ ਭੇਜਿਆ ਦਿੱਲੀ ਕੇ ਲੋਕਾਂ ਨੂੰ ਪੰਜਾਬ ਕਿਆਂ ਨੂੰ ਅਰਚੰਡਾ ਲਾਇਆ ਉੱਥਾ ਜਾ ਕੇ ਆਪਣੇ ਕਾਰਕੁੰਨ ਤੇ ਨਹੀਂ ਆਰਦਾਸ ਉਹ ਕੇਂਦਰ ਸਰਕਾਰ ਨੇ 9 ਸਟੇਡੀਅਮ ਜੇਲ ਬਣਾਉਣ ਵਾਸਤੇ ਮਾਨੂੰ ਚਿੱਠੀ ਭੇਜੀ ਸੀ ਮਾਨ ਨੇ ਚਿੱਠੀ ਪ੍ਰਵਾਨ ਨਹੀਂ ਕਰੀ ਆਪਾਂ ਜੇਲ ਨਹੀਂ ਬਣਾਣ ਦੰਦੇ ਔਰ ਉੱਥਾ ਮਤਲਬ ਇਹਨਾਂ ਨੂੰ ਕੈਦ ਕਰ ਲੈਣਾ ਤਾਂ ਇਹ ਅੰਦੋਲਨ ਸਾਰਾ ਉਸੇ ਟਾਈਮ ਵਿੱਚ ਖਤਮ ਹੋ ਜਾਣਾ ਸੀ ਔਰ ਕੇਜਰੀਵਾਲ ਕਹਿ ਰਿਹਾਗਾ ਕੇਂਦਰ ਕੇ ਇਹੋ ਤਿੰਨ ਕਾਨੂੰਨ ਕਿਸਾਨਾਂ ਦੀ ਮੌਤ ਦਾ ਬਰੰਟ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਜਿੱਥਾ ਕਿਸਾਨਾਂ ਦੀ ਬਚੀ ਖੁਚੀ ਕਾ ਖੇਤੀ ਕੇਂਦਰ ਸਰਕਾਰ ਆਪਣੇ ਚਾਰ ਵੱਡੇ ਪੂੰਜੀਪਤੀ ਸਾਥੀਆਂ ਦੇ ਹੱਥਾਂ ਮਫੜਾ ਦੇਗੀ ਔਰ ਇਤਨਾ ਜਲ ਜ਼ੁਲਮ ਹੋਵੇਗਾ ਕਹਾ ਅੰਗਰੇਜ਼ ਨੇ ਵੀ ਇਤਨਾ ਜ਼ੁਲਮ ਨਹੀਂ ਕਰਿਆ ਤਕਾ ਜਿਤਨਾ ਜ਼ੁਲਮ ਈਬ ਮੋਦੀ ਸਰਕਾਰ ਕਰਨ ਲੱਗਰੀ ਛੁੱਠੇ ਮਕਦਮੇ ਪਾਰੀ ਔਰ ਕੇਜਰੀਵਾਲ ਕਹਿ ਰਿਹਾ ਭਾਜਪਾ 2014 ਵਾ ਆਪਣੇ ਚੋੜ ਮਨੁਰਤ ਪੱਤਰ ਦੇ ਵਿੱਚ ਮੈਂ ਕਹਿ ਰਿਹਾ ਤਕਾ ਸਵਾਮੀ 나ਥਨ ਕਮਿਸ਼ਨ ਰਿਪੋਰਟ ਲਾਗੂ ਕਰਨਗੇ ਔਰ ਕਿਸਾਨਾਂ ਨੇ ਕਿਹਾ ਉਹਨਾਂ ਨੂੰ ਰਾਜ ਦਾ ਵੋਟਾਂ ਦਈਆਂ ਔਰ 3 ਸਾਲ ਬਾਅਦ ਭਾਜਪਾ ਨੇ ਸੁਪਰੀਮ ਕੋਰਟ ਮਾ ਹਲਫੀਆ ਅਭਿਆਨ ਰਹੀਂ ਸਪਸ਼ਟ ਕਰਤਿਆ ਮਾ ਐ ਐ ਐ ਮਸਪੀ ਨਿ ਦਮੇਗੇ ਯੋ ਬਾਤ ਕਰਤੀ ਆ ਕੇਜਰੀਵਾਲ ਕੀ ਬਾਤ ਕਰਾਂ ਵੀਰ ਇਸ ਪੂਰੇ ਮਾਮਲੇ ਦੇ ਵਿੱਚ ਮਾ ਇਹ ਕੇਜਰੀਵਾਲ ਦਾ ਮੇਨ ਫੋਕਸ ਜਿਹੜਾ ਬਣ ਰਿਹਾ ਉੱਤਰ ਪ੍ਰਦੇਸ਼ ਯੂਪੀ ਜੋਗੀ ਦਿਤੇਨਾਥ ਸਵਾਮੀ ਜੀ ਜਿੱਥੇ ਰਾਜ ਕਰ ਰਹੇ ਔਰ ਯੋ ਸਵਾਮੀ ਜੀ ਕਹਿ ਲੋ ਵੀ ਯੋ ਗੋਰਖਨਾਥ ਕੇ ਟੀਲੇ ਵਾਲਾ ਜਿਹੜਾ ਬਾਬਾ ਤਾਂ ਯੋ ਵੀਰ ਟੈਨਸ਼ਨ ਮਾ ਆ ਗਿਆ ਕਿਉਂਕਿ ਪੰਚਾਇਤ ਗਿਆ ਚੋਣਾ ਵੀ ਈਬ ਉੱਤਰ ਪ੍ਰਦੇਸ਼ ਦੇ ਵਿੱਚ ਮਾ ਹੋ ਰੀਆਂ ਔਰ ਯੋ ਚੋਣਾ ਕੀ ਬਾਤ ਜਿੱਥਾ ਕਰਾਂ ਵੀਰ ਇੱਕ ਸਵਾਦ ਵਾਲੀ ਗੱਲ ਤੁਹਾਨੂੰ ਸੁਣਾਵਾਂ ਮਾ ਇਹ ਕੈਲੋ ਵੀਰ ਤਮਨ ਲਾਡੂ ਦੇ ਵਿੱਚ ਮਾ 234 ਸੀਟਾਂ ਪਾ ਵੋਟਾਂ ਪੈਣੀਆਂ ਹਰਾਨੀ ਦੀ ਬਾਤ ਇਹ ਚੋਣ ਆਯੋਗ ਨੇ 234 ਸੀਟਾਂ ਪਾ ਵੋਟਾਂ ਇੱਕ ਦਿਨ ਮਾ ਪਾਣ ਦੀ ਬਾਤ ਕਰਤੀ 234 আর ইসਕੇ ਗੈਲ ਪਵਾ ਇਹ ਕੈਲੋ ਵੀ ਇਹ ਜੁਪੀ ਗੈਲ ਬੰਗਾਲ ਬੰਗਾਲ ਦੇ ਵਿੱਚ ਮਾ ਵੀਰ ਕੈਲੋ 294 ਸੀਟਾਂ दो सौ चरानवे सीटा के पर वोटा यो कह रहे भी नौवें दौर के अठ अठ चरणा के बच्चा पवेगी माफ करना अठ अठ बारी का हलाका फिर यो दौ सौ चुरानवे सीटा के उपर कमाल की बात यो या कमल की बात यो कह सकम भी कमाल की बात या कमल की बात जो दो बात बन गई हर जिता विरोधियों के निशानी कर फिर ਯੋ ਮੋਦੀ ਸਰਕਾਰ ਆ ਰਹੀ ਕਹਾ ਬਿਰ 8 ਚਰਨ ਇਸ ਕਰਕੇ ਬਣਾਏ ਇਹਨਾਂ ਨੂੰ ਪਤਾ ਵੀ ਈਵੀਐਮ ਜਿਹੜੀਆਂ ਇਤਨੀਆਂ ਹੈ ਨਹੀਂ ਇਹਨਾਂ ਨੂੰ ਸੈੱਟ ਵੀ ਕਰਨਾ ਟਾਈਮ ਵੀ ਲਗਾ ਯੋ ਬਾਤ ਇੱਕ ਨਿਕਲ ਆਇਆ ਸਾਹਮਣੇ ਆ ਰਹੀ ਸੋਸ਼ਲ ਮੀਡੀਆ ਉੱਪਰ ਯੋ ਖਬਰ ਬੜੇ ਬੁਰੇ ਟੈਂਗਲ ਵਾਇਰਲ ਹੋ ਰਹੀ ਆ ਰਿਹਾ ਵੈਸੇ ਹੈ ਬੜੇ ਹੈਰਾਨੀ ਦੀ ਬਾਤ ਵੀ ਇਤਨੀਆਂ ਸੀਟਾਂ ਜਿੱਥਾ ਯੋ ਦਿਖਾ ਰਹੇ ਉੱਥਾ ਤੋਂ ਇੱਕ ਦਿਨਾਂ ਮਾ ਅਰ ਜਿੱਥਾ ਇਤਨੀ ਕਿ ਸੀਟਾਂ ਉੱਥਾ ਗਈਓ ਕਹਿ ਲੋ ਵੀ ਕਿਆ ਕੁਝ ਹੋ ਰਿਹਾ ਪਰ ਉੱਥਾਈ ਵੀਰਾ ਇੱਕ ਬੜੀ ਖਬਰ ਜਿਹੜੀ ਨਿਕਲ ਕਾਰੀ ਬੰਗਾਲੇ ਚਲਾ ਇਹੋ ਕਹ ਲੋ ਵੀ ਆਪ ਕੋ ਜਿਹੜਾ ਇਹੋ ਇਹ ਪੋਲ ਜੇ ਮਾ ਆਪ ਇਹੋ opinion ਪੋਲ ਜੇ ਨਿਕਲਾਂ ਜਿਸਕੇ ਵਿਚਮਾ ਇਹੋ BJP ਨੂੰ ਕਹਾ ਵੀ ਪੱਛਮੀ ਬੰਗਾਲ ਕੇ ਵਿੱਚ ਮੈਂ ਇੱਕ ਵੀ ਸੀਟ ਨਹੀਂ ਦਿਖਾਰੇ ਜੋ ਪੋਲ ਪੋਲਾਂ ਦੀ ਬਾਤ ਕਰਾਂ ਵੀ ਪੱਛਮੀ ਬੰਗਾਲ ਮਾ ਵੈਸੇ ਇਹੋ ਕਹ ਲੋ ਵੀ ਬੰਗਾਲ ਕੇ ਵਿੱਚ ਮਾ ਵਿਕਾਸ ਅਜੇ ਹੋਣਾ ਬਾਕੀ ਇਹੋ ਬਾਤ ਜ਼ਰੂਰੀ ਕਿਉਂਕਿ ਬੰਗਾਲ ਕੇ ਵਿੱਚ ਮਾ ਕਈ ਸਰਕਾਰੀ ਸੰਪਤੀਆਂ ਬ੍ਰਿਜ ਔਰ ਇਸਕੇ ਗੈਲ-ਗੈਲ ਹੋਰ ਬੜੇ ਹੈਰੀਟੇਜ ਇਸ ਤਰ੍ਹਾਂ ਦੇ ਸਥਾਨ ਜਿਨ੍ਹਾਂ ਨੂੰ ਭਾਜਪਾ ਕੀ ਸਰਕਾਰ ਕੇ ਵਿਕਾਸ ਕੀ ਅੱਜ ਵੀ ਉਡੀਕ ਇਹ ਹੋਣੀ ਚਾਹੀਦੀ ਕਿਉਂਕਿ ਪਿਛਲੇ ਮੋਦੀ ਸਾਹਿਬ ਨੇ ਕਿਹਾਤਾ ਕਾ ਵੀ ਮਾਰੀ ਗਵਰਨਮੈਂਟ ਕਹਾ 100 ਸਰਕਾਰੀ ਸੰਪਤੀਆਂ ਨੂੰ ਵੇਚੇਗੀ ਇਹ ਬਕੈ ਲੋ ਲੋਕਾਂ ਕੀ ਆਪਣੀ ਧਾਰਨਾ ਬਣ ਰਹੀ ਕਾ ਵੀ ਜੇ ਬੰਗਾਲ ਕੇ ਵਿਚ ਮਾ ਬੀਜੇਪੀ ਕੀ ਸਰਕਾਰ ਆਵੇਗੀ ਕਾ ਫੇਰ ਉਥਾ ਹਾਵੜਾ ਬ੍ਰਿਜ ਜਿਹੜਾ ਕਲਕੱਤੇ ਕਾ ਯੂ ਹਾਵੜਾ ਬ੍ਰਿਜ ਵੀ ਕਹਾ ਚੜ ਸਕਾ ਬਲੀ ਪਰ ਇਹੋ ਕਹ ਲੋ ਵੀ ਇਹ ਇਹੋ ਤਾਂ ਟਾਈਮ ਦੱਸੇਗਾ ਨਾ ਪਰ ਉੱਥਾਈੋ ਕਹ ਲੋ ਬਿਰਜਾ ਜਿੱਥਾ ਇਹੋ ਅਨੁਮਾਨ ਲਾਇਆ ਗਿਆ ਕਾਹ ਵੀ ਅਨੁਮਾਨ ਜਿੱਥਾ ਮੀਡੀਆ ਦੀ ਬਾਤ ਕਰਾਂ 145 ਮੈਂ ਰੈਂਕ ਉੱਥਾ ਇਤਰਾ ਕੇ ਨਮਾਨ ਲੱਗਣੇ ਇੱਕ ਚਿੰਤਾ ਦਾ ਬੀਸਾ ਬਣਾ ਅਰ ਭਗਤਾਂ ਦੀ ਬਾਤ ਕਰਾਂ ਭਗਤਾਂ ਨੂੰ ਪੂਰਾ ਪਰੋ ਸੱਚ ਕਿਸ ਚੀਜ਼ ਕੇ ਉੱਪਰ ਇਹ ਉਥਾਰੇ ਥਮ ਸਮਝਣਾ ਮੇਰੇ ਤੇ ਕੋਹਾਣੇ ਦੀ ਲੋੜ ਨਹੀਂ ਥਮ ਸਮਝ ਜਾਣਾ ਪਰ ਉੱਥਾਈ ਇਹਨਾਂ ਨੂੰ ਜੋ ਵੀ ਪਤਾ ਭਗਤਾਂ ਨੂੰ ਵੀ ਮੀਡੀਆ ਵੀ ਮਾਰੇ ਗੈਲ ਆ ਲੋਕਾਂ ਨੂੰ ਇਹਨਾਂ ਨੇ ਸੁਪਨੇ ਦਿਖਾਤੇ 이브 ਰਹਿ ਗਿਆ ਆਰ opinion poll ਕੀ ਜੇ ਬਾਤ ਕਰਾਂ ਇਸ ਪਪਰੋਸਾਗਰ ਕਾ ਲਾਲੂ ਪ੍ਰਸਾਦ ਯਾਦਵ ਕੀ ਆਰ ਜੀ ਡੀ ਹਜ਼ਾਰਾਂ ਕੁਆਂਟਲ ਇਨਕੇ ਲੱਡੂ ਲੰਗੀ ਵਿਧਾਨ ਸਭਾ ਕੇ ਵਿੱਚ ਮ ਖਰਾਬ ਹੋ ਗਏ ਤੇ ਕੋਈ ਲਾਲੂ ਯਾਦਵ ਕਾ ਛੋਕਰਾ ਕਰ ਰਹਾ ਤਾਂ ਕਾ ਬਾਰੀ ਸਰਕਾਰ ਬਣੇਗੀ ਲੱਡੂਆਂ ਕਾ ਆਰਡਰ ਦੇਤੇ ਆ ਲੱਡੂ ਹੋ ਕੇ ਖਰਾਬ ਕਿਉਂਕਿ ਉੱਥਾ ਵੀਰ ਸਰਕਾਰ ਨਹੀਂ ਬਣੀ ਆਰ opinion poll ਚਾਕਾ ਦੇਖ ਲਿਓ ਅੱਜ ਵੀ ਮਿਲ ਜਗੇਗੇ ਨੈਟ ਦੇ ਉੱਪਰ opinion poll ਲਾਸਟ ਟਾਈਮ ਤੱਕ ਲਾਲੂ ਪ੍ਰਸਾਦ ਯਾਦਵ ਕੀ ਆਰ ਜੀਡੀ ਨੂੰ ਦੱਸ ਰਹੇ ਤੇ ਕਾ ਵੀ ਆਰ ਜੀਡੀ ਕਾ ਇਹ ਬਿਹਾਰ ਕੇ ਵਿਚਮਾ ਆਪਣੀ ਜਿੱਤ ਕਾ ਪਰਚਮ ਲਹਿਰਾਏਗੀ ਪਰ ਇਹ ਕਹ ਲਓ ਇਹ ਚੀਜ਼ ਨਿਕਲ ਕਾ ਨਹੀਂ ਆਈ ਆ ਰੁਥਾਈ ਤੁਹਾਨੂੰ ਮੈਂ ਇੱਕ ਹੋਰ ਦੱਸਾਂ ਵੀ ਕਰੋਨਾ ਕਾ ਮਾਇਆ ਜਾਲ ਪੰਜਾਬ ਕੇ ਵਿਚਮਾ ਵੀ ਕਿਆ ਹੋ ਰਿਹਾ ਕਰੋਨਾ ਕਾ ਮਾਇਆ ਜਾਲ ਜਿੱਥਾ ਪਹਿਲਾਂ ਮੈਂ ਤੁਹਾਨੂੰ ਇਹ ਇੱਕ ਖਬਰ ਸੁਣਾਵਾਂ ਇਸ ਤੇ ਬ ਕਰੋਨੇ ਕੇ ਮਾਇਆ ਜਾਲ ਪਾ ਲੈ ਜਾ ਕਰੋਨਾ ਕਾ ਮਾਇਆ ਜਾਲ ਕਿਆ ਹੋ ਰਿਹਾ 1 ਮਾਰਚ ਯਾਨੀ ਕਿ ਅੱਜ ਤੇ 14 ਦਿਨ ਦਾ ਸੈਸ਼ਨ ਸ਼ੁਰੂ ਹੋ ਰਿਹਾ ਇਸ ਕੇ ਵਿੱਚ ਮਾ ਕਾਂਗਰਸ ਕੇ ਦੋ ਹੋਰ ਕਰੋਨਾ ਇਹ ਵਿਧਾਇਕ ਜਿਹੜੇ ਕਰੋਨਾ ਕੇ ਲਪੇਟ ਮਾ ਗਏ ਇਹ ਵਿਧਾਇਕ ਲਖਵੀਰ ਸਿੰਘ ਲੱਖਾ ਸੁਨੀਲ ਦੱਤੀ ਕਰੋਨਾ ਪੋਜ਼ਿਟਿਵ ਨਿਕਲ ਕੇ ਆਏ ਜਦ ਕਿ ਇਸ ਤੇ ਪਹਿਲਾ ਕੈਬਨਟ ਮੰਤਰੀ ਸੁਖ ਸਰਕਾਰੀਆ ਵਿਧਾਇਕ ਇੰਦੂ ਬਾਲਾ ਜੋ ਕਰੋਨਾ ਪੋਜ਼ਿਟਿਵ ਆਈ ਉਧਰ ਪਾਇਲ ਤੇ ਕਾਂਗਰਸੀ ਵਿਧਾਇਕ ਲਖਵੀਰ ਲੱਖਾ ਸੁਕਰਵਾਨ ਚੰਡੀਗੜ੍ਹ ਕੇ ਪੰਜਾਬ ਵਿਧਾਨ ਸਭਾ ਕੇ ਸੈਸ਼ਨ ਵਿੱਚ ਸ਼ਾਮਲ ਹੋਣ ਵਾਸਤੇ ਕਰੋਨਾ ਟੈਸਟ ਲਿਆ ਤਾਂ ਆ ਰਾਜੀ ਉਹਨਾਂ ਦੀ ਰਿਪੋਰਟ ਆਈ ਕਰੋਨਾ ਮਹਾਮਾਰੀ ਕਰਕਾ ਇਹੋ ਕਹ ਲੋ ਵਿਕ ਵਾਰ ਫੇਰ ਇਹ ਪੁਸ਼ਟੀ ਹੋ ਗਈ ਆਰ ਲਖਵੀਰ ਸਿੰਘ ਲੱਖਾ ਸਪੁੱਤਰ ਕਰਨਵੀਰ ਸਿੰਘ ਨੇ ਦੱਸਿਆ ਵੀ ਉਸਕੇ ਪਿਤਾ ਨੂੰ ਕਰੋਨਾ ਕੀ ਲਾਗ ਕੀ ਪੁਸ਼ਟੀ ਆਰ ਵਕਰ ਮ ਹੋਮ ਕੁਆਰੰਟਾਈਨ ਇਸ ਕਰਕਾ ਪਿਛਲੇ ਦਿਨ ਤੇਜ਼ ਬੁਖਾਰ ਮਹਿਸੂਸ ਹੋ ਰਿਹਾ ਮਾਨੂੰ ਹਰ ਵੀਰ ਤੁਹਾਨੂੰ ਮੈਂ ਦੱਸਦਾ ਵੀ ਉਹ 1 ਤਰੀਕ ਤੇ ਇਹ ਜਿਹੜਾ ਮਜੀਦਾ ਮੌਜੂਦਾ ਇਹ ਕਹ ਲੋ ਵੀ ਇਹ ਸੈਸ਼ਨ ਬਜਟ ਦਾ ਸ਼ੁਰੂ ਹੋਣਾ ਇਸ ਕੇ ਜਿਵੇਂ ਮੰਤਰੀ ਵਿਧਾਇਕ ਅਧਿਕਾਰੀ ਕਰਮਚਾਰੀ ਕਰੋਨਾ ਮਹਾਮਾਰੀ ਤੇ ਨਕਾਰਤਮਕ ਟੈਸਟ ਲਾਜ਼ਮੀ ਰਿਪੋਰਟ ਕਰਤੀ ਯੋ ਬਾਤ ਪੱਕੀ ਕੈਪਟਨ ਮਰਿੰਦਰ ਸਿੰਘ ਨੂੰ ਨੀ ਕਰੋਨਾ ਹੋ ਸਕਦਾ ਯੋ ਬਾਤ ਪੱਕੀ ਯੋ ਬਾਪੂ ਗਰਦਾਸ ਬਾਦਲ ਦਾ ਛੋਕਰਾ ਮਨਪ੍ਰੀਤ ਬਾਦਲ ਇਸ ਨੂੰ ਨੀ ਕਰੋਨਾ ਹੋ ਸਕਦਾ ਗਰੰਟੀ ਗੱਲ ਖਾ ਲਿਓ ਨਹੀਂ ਹੁੰਦਾ ਜੋ ਮਰਜੀ ਹੋ ਜੇ ਹਰ ਉਧਰ ਯੋ ਕਲਵ ਕਰੋਨਾ ਕਾ ਮਾਇਆ ਜਾਲ ਪੰਜਾਬ ਕੇ ਵਿਚਵਾ ਇਹ ਮੰਤਰੀ ਕੈਬਨਟ ਸੁਖਜਿੰਦਰ ਰੰਧਾਵਾ 24 ਘੰਟੇ ਮਾ ਤਿੰਨ ਟੈਸਟ ਕਰੇ ਇੱਕ ਟੈਸਟ ਆਇਆ ਕਾ ਜੀ ਪੋਜ਼ਿਟਿਵ ਦੋ ਟੈਸਟਾਂ ਕੀ ਰਿਪੋਰਟ ਆਈ ਕਾ ਜੀ ਨੈਗੇਟਿਵ ਈ ਵੀ ਸਰਕਾਰ ਨੂੰ ਕੌਣ ਸਮਝਾਵੇ ਵੀ ਉਹ ਜਿਹੜਾ ਮਾਇਆ ਜਾਲ ਥਾਰਾ ਕਰੋਨਾ ਕਰੋਨਾ ਦਾ ਇਹ ਲੋਕਾਂ ਸਮਝ ਆ ਗਿਆ ਈ ਵੀ ਇਹਨਾਂ ਪਾ ਕੋਈ ਬਹਾਨਾ ਹੈ ਨਹੀਂ ਨਹੀਂ ਤਾਂ ਪਹਿਲਾਂ ਵਧੀਆ ਬਹਾਨਾ ਕੋਈ ਮੋਬਾਈਲ ਫੋਨ ਮੰਗ ਰਿਆ ਤਾਂ ਕੋਈ ਨੌਕਰੀਆਂ ਮੰਗ ਰਿਆ ਤਾਂ ਕੋਈ ਨਸੇ ਨੂੰ ਲੈ ਕੇ ਰੌਲਾ ਪਾ ਰਿਆ ਤਾਂ ਕੋਈ ਉਹ ਕਹ ਲੋ ਈਟੀਟੀ ਵਾਲਾ ਧਰਨੇ ਲਾ ਰਿਆ ਦਾ ਕਿਸਾਨ ਧਰਨੇ ਲਾ ਰਹੇ ਤੇ ਰੌਲਾ ਪਾ ਤਿਆ ਕਰੇ ਕਰੋਨਾ ਆ ਗਿਆ ਕਰੋਨਾ ਆ ਗਿਆ ਕਰੋਨਾ ਆ ਗਿਆ ਕਰੋਨਾ ਆ ਗਿਆ ਭੱਜੋ ਏ ਭੱਜੋ ਯੋ ਕਹ ਸਾਰੇ ਭੱਜ ਲਿਏ ਫਿਰ ਚਲੋ ਯੋ ਕਹ ਲੈ ਵੀ ਇੱਕ ਵਾਰ ਫੇਰ ਕਰੋਨੇ ਦਾ ਜਾਦੂ ਜਿਹੜਾ ਈ ਪੰਜਾਬ ਦੇ ਵਿੱਚ ਮਚਣਾ ਚੱਲਣਾ ਸ਼ੁਰੂ ਹੋ ਗਿਆ ਆ ਰੁਥਾਈ ਰਕੇਸ਼ਟ ਕੈਸਰ ਸਾਹਿਬ ਦੀ ਗੱਲ ਕਰਾਂ ਆ ਇਹਨਾਂ ਨੇ ਜਿਤਨਾ ਟਰੈਕਟਰਾਂ ਦੇ ਵਿੱਚ ਮ ਤੇਲ ਪਵਾਗਾ ਰੱਖਣ ਦੀ ਗੱਲ ਕਰੀ ਆ ਭਗਵਤ ਦੇ ਵਿੱਚ ਮ ਚਤਾਵਨੀ ਰਹੀ ਖੇਤੀਬਾੜੀ ਕਰਨ ਜੇ ਵਾਪਸ ਨਾ ਕਰੇਗਾ 40 ਲੱਖ ਟਰੈਕਟਰ ਦਿੱਲੀ ਪਹੁੰਚੇਗੇ 40 ਲੱਖ ਟਰੈਕਟਰ ਵੀਰ ਬਹੁਤ ਹੋਵਾਂ 2.5 ਲੱਖ ਟਰੈਕਟਰ 26 ਜਨਵਰੀ ਨੂੰ ਆਏ ਤੇ ਯੂ ਨਹੀਂ ਸਾਂਭੋ ਇੰਤੇ ਯੂ ਵੀ ਪਲਾਨ ਕਰ ਲਿਓ ਰਿਕਵੈਸਟ ਕਰ ਸਾਹਿਬ ਨੂੰ ਹੱਥ ਛੋੜ ਦਾ ਬੇਨਤੀ ਕਰਾਂ ਵੀ ਟਰੈਕਟਰਾਂ ਦੇ ਮੂਰਾ ਆਪਣੇ ਲੀਡਰਾਂ ਲਾਓ ਰਸਤਾ ਮਾਰਗਦਰਸ਼ਨ ਦੇਣ ਖਾਤਰ ਕੱਲੂ ਫੇਰ ਜੇ ਟਰੈਕਟਰੂਰਾ ਭਰਾ ਵੜ ਗਏ ਥਾਣੇ ਕਾਨਾ ਜੀ ਬੈਰੀਕੇਡਰ ਪੁਲਿਸ ਵਾਲਿਆਂ ਉਧਰ ਲਾਤੇ ਇਧਰ ਲਾਤੇ ਇਹਬ ਯਕੀਨ ਕਿਸੇ ਬਾ ਕਰਨ ਜੋਗਾ ਹੈ ਨਹੀਂ ਪਰ ਇਹੋ ਬਾਤ ਪੱਕੀ ਵੀ 40 ਲੱਖ ਟਰੈਕਟਰ ਜਿੱਥਾ ਦਿੱਲੀੋਂ ਵੜ ਗਏ ਇਹੋ ਤਾਂ ਕਹ ਲੈ 2.5 ਲੱਖ ਟਰੈਕਟਰ 26 ਜਨਵਰੀ ਨੂੰ ਇਹ ਤਾਂ 26 ਜਨਵਰੀ ਵਾਲੇ ਟਰੈਕਟਰ ਨਹੀਂ ਲੱਭੇ ਕਈ ਬਾ ਪਤ ਨਹੀਂ ਕਿਹੜੇ ਥਾਣੇ ਮ ਖੜੇ ਕਿੱਥਾ ਖੜੇ ਆਰਣਪਾ ਡਰਾਈਵਰ ਜਿਹੜੇ ਚਲਾਣੇ ਵਾਲੇ ਕਿਸਾਨ ਜੋ ਨਹੀਂ ਲੱਭੇ ਮੌਕੇ ਪਰ 26 ਜਨਵਰੀ ਵਾਲੇ ਦਿਨ ਸਾਰੇ ਕਿਸਾਨ ਜਥੇ ਬੰਦੀਆਂ ਸੰਘਿਤ ਕਿਸਾਨ ਮੋਰਚੇ ਨੂੰ ਖਾਸ ਕਰਕੇ ਸੁਣ ਕਾ ਦੇਖ ਲਿਓ ਜਗਿੰਦਰ ਯਾਦਵ ਨੂੰ ਰਗੇਸ਼ ਕਾਇਤ ਨੂੰ ਇਹਨਾਂ ਸਾਰਿਆਂ ਨੇ ਜੋ ਬਾਤ ਕਹੀ ਕਾਜੀ ਉਮਾਰੇ ਬੰਦੇ ਹੈ ਨਹੀਂ ਯੋਤੂ ਉਪਰ ਉਪਦਰਵੀ ਯੋ ਉਪਦਰਵੀ ਆ ਰ ਇਸੀ ਗਾਰ ਕਾ ਯੋ ਕਰ ਜਿਹੜੀ ਇੱਕ ਬੜੀ ਜਿਹੜੀ ਤੋਹਮਤ ਸਾਰਿਆਂ ਬਾਂ ਲੱਗੀ ਤੀ ਇਸ ਨੂੰ ਲੈ ਕੇ ਯੋ ਮੋਦੀ ਸਾਹਿਬ ਨੇ ਵੀ ਅੰਦੋਲਨ ਜੀਵੀ ਦੱਸਿਆ ਅੰਦੋਲਨ ਜੀਵੀ ਚਲੋ ਖੈਰ ਮੋਦੀ ਸਾਹਿਬ ਕੇ ਬਿਆਨ ਨੂੰ ਤਾਂ ਆਪਾਂ ਵਿਚ ਲੰਦੇ ਨਹੀਂ ਹੁਣ ਕੀ ਬਾਤ ਕਾ ਆਪਾਂ ਵੀ ਕਿਆ ਕਹਿ ਸਕਾਂ ਯੋ ਪਾਰ ਫਤਿਆਬਾਦ ਦੇ ਵਿਚਕਾਰ ਕਿਸਾਨ ਅੰਦੋਲਨ 3 ਮਹੀਨੇ ਦੇ ਬਾਅਦ ਸਮਾਜ ਆ ਰਹੀ ਜਿਹੜਾ ਨਿਕਲ ਕੇ ਆਇਆ ਹਰਿਆਣੇ ਦੇ ਵਿਚਕਾਰ ਸਮੈਣ ਪਿੰਡ ਦੇ ਕਿਸਾਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਸਰਕਾਰ ਨੂੰ ਚੇਤਾਵਨੀ ਦੇਈ ਔਰ ਕਾਰੇ ਵੀ ਜਦ ਤੱਕ ਅੰਦੋਲਨ ਚੱਲ ਰਿਹਾ ਕੋਈ ਬਿਜਲੀ ਵਿਭਾਗ ਦਾ ਕਰਮਚਾਰੀ ਚੈਕਿੰਗ ਕਰਨ ਛਾਪੇ ਮਾਰਨੀ ਉਹਨੇ ਪਿੰਡ ਵਿੱਚ ਵੜ ਨਹੀਂ ਸਕਦਾ ਆਪਣੀ ਜਾਨ ਮਾਲ ਦਾ ਖੁਦ ਹੀ ਇੰਭਾਰ ਹੋਗਾ ਮਨੋਰ ਲਾਰ ਖੱਟਰ ਵਾਸਤਾ ਇੱਕ ਬੜੀ ਮੁਸ਼ਕਲ ਖੜੀ ਹੋ ਗਈ ਖੱਟਰ ਸਾਹਿਬ ਜਿੱਥਾ ਬੜੇ ਦਾਵੇ ਕਰ ਰਹੇ ਤੇ ਕਹ ਹਰਿਆਣੇ ਕੋ ਤਾਂ ਕਿਸਾਨ ਹੈ ਨਹੀਂ ਈ ਵੀ ਉਹ ਜਿਹੜੇ ਕਿਸਾਨ ਕਹ ਰਹੇ ਉੱਥਾ ਬੜਨੇ ਨਹੀਂ ਈ ਵੀ ਦੱਸੋ ਯੋ ਅੰਦੋਲਨ ਜੀ ਵੀ ਥਾਰੇ ਯੋ ਕਹਿ ਲੋ ਵੀਰ ਹਰਿਆਣੇ ਵਿੱਚ ਮਾ ਪੈਦਾ ਹੋਗੇ ਥਾਰਾ ਮੋਦੀ ਕਰ ਰਹੇ ਅੰਦੋਲਨ ਜੀ ਵੀ ਈ ਵੀ ਅੰਦੋਲਨ ਜੀ ਵੀ ਦੱਸੋ ਖੱਟਰ ਕਹ ਰਹੇ ਦਾ ਕਾ ਯੋ ਜਿਹੜੇ ਕਿਸਾਨ ਕੰਮ ਕਰਨ ਵਾਲੇ ਉਹ ਤਾਂ ਖੇਤਾਂ ਮਾ ਲਗੇ ਵੇ ਈ ਵੀ ਯੋ ਕਿਉਂ ਕਹ ਰਹੇ ਕਾ ਵੀ ਆਪਾਂ ਬੜਨੀ ਦੰਦੇ ਕਿਸੇ ਨੂੰ ਈ ਵੀ ਖੱਟਰ ਸਾਹਿਬ ਦਾ ਕੋਈ ਵਿਆਹ ਨਾਲੇ ਤੱਕ ਆਇਆ ਨਹੀਂ ਪਰ ਯੋ ਕਹ ਲੋ ਵੀ ਪਿੰਡ ਸਮੈਣ ਕੇ ਵਿੱਚ ਮੈਂ ਇੱਕ ਬੈਠਕ ਹੋਈ ਧੀ ਬੈਠਕ ਮਾ ਪਿੰਡ ਵਾਲਿਆਂ ਨੇ ਯੋ ਸਾਫ ਕਹਤੇ ਆ ਵੀਰ ਨਾ ਤੋ ਕਾ ਆਪਣੇ ਬੁੱਢਣ ਤੇਲ ਮਲ ਕਾਇਓ ਫਿਰ ਕਾ ਲੂ ਨਾ ਕਿ ਕੋਲੇ ਕੋ ਕੋਲੇਸ ਖੜਾ ਹੋ ਗਿਆ ਹਰ ਕੈਪ ਕੋਈ ਬਿਜਲੀ ਵਾਲਾ ਕਾਜੇ ਵੜ ਗਿਆ ਮਾਰੇ ਇਲਾਕੇ ਕੇ ਵਿੱਚ ਮਾ ਬਾ ਖੁਦ ਜ਼ਿੰਮੇਬਾਰ ਹੋ ਗਿਆ ਬਿਜਲੀ ਵਾਲਾਂ ਨੂੰ ਟੈਨਸ਼ਨ ਪੈ ਗਈ ਗਰਮੀ ਦਾ ਟਾਈਮ ਇਬਾਗਾ ਕੱਟ ਲੱਗਣੇ ਜਾਂ ਫਿਰ ਯੋ ਕਹੋ ਕੁੰਡੀਆਂ ਲੱਗਣੀਆਂ ਜਾਂ ਫਿਰ ਅੱਗਾ ਛਾਪਾ ਪੈਣਾ ਕਿਸ ਚੀਜ਼ ਦਾ ਪੈਣਾ ਇਸ ਚੀਜ਼ ਨੂੰ ਲੈ ਕੇ ਇਬ ਬਿਜਲੀ ਵਾਲਿਆਂ ਨੂੰ ਥੋੜਾ ਜਿਹਾ ਸੋਚ ਵਿਚਾਰ ਕਰ ਕਾ ਆਣਾ ਪਵੇਗਾ ਆ ਰੁੱਥਾਈ ਵੀਰਾ ਜਿਥਾ ਕੱਲ ਸਿਆਮ ਟਾਈਮ ਸੋਸ਼ਲ ਮੀਡੀਆ ਬਾ ਯੋ ਕਹਲੋ ਵੀ ਐਕਟੀਵਿਸਟ ਨੌ ਦੀਪਕੌਰ ਨੂੰ ਜਵੰਤ ਦੇਤੀ ਇਸੇ ਬਾਅਦ ਨੌ ਦੀਪ ਇਹ ਸਿੰਘੂ ਆੜਰ ਪਹੰਚੀ ਥਾ ਯੋ ਕਹਲੋ ਵੀ ਸਟੇਜ 'ਚ ਸਬੋਧਨ ਕਰਕੇ ਉਹਨੇ ਬੜੇ ਤਰ੍ਹਾਂ ਖਲਾਸੇ ਕਰੇ ਨੌ ਦੀਪ ਕੈਰੀ ਵੀ ਉਸ ਟਾਈਮ ਗ੍ਰਿਫਤਾਰ ਕਰਿਆ ਜਦੋਂ ਕਾ ਕੋਈ ਕੋਈ ਮਹਿਲਾ ਪੁਲਿਸ ਵਾਲੀ ਕੋਈ ਲੇਡੀਜ਼ ਪੁਲਿਸ ਵਾਲੀ ਉਠਾਇਆ ਨਹੀਂ ਸੀ ਪੁਲਿਸ ਨੇ ਕਹਾ ਉਸ ਨੂੰ ਜ਼ਬਰਦਸਤੀ ਕਹਾ ਚੱਕਾ ਪਲੇਨ ਪੇਪਰ 'ਤੇ ਹਸਾਇਨ ਕਰਾਏ ਔਰ ਪੁਲਿਸ ਨੇ ਜਾਣ ਬੁੱਝ ਕੇ ਉਸਕਾ ਮੈਡੀਕਲ ਕਹਾ ਮੈਡੀਕਲ ਨਹੀਂ ਕਰਵਾਇਆ ਅਦਾਲਤਬਾ ਨਿਰਦੇਸ਼ ਦੇ ਅਦਾਲਤ ਨੇ ਕਹਾ ਨਿਰਦੇਸ਼ ਦੇ 14 ਦਿਨ ਕਾ 14 ਦਿਨ ਤੇ ਬਾਅਦ ਕਹਾ ਮੇਰਾ ਮੈਡੀਕਲ ਹੋਇਆ ਇਹੋ ਬਾਤ ਕਹੀ ਹਰ ਨਵਦੀਪ ਕੌਰ ਨੇ ਯੋ ਕਹਲੂ ਬੀਰ ਥਾਨੂੰ ਦੱਸ ਦਿਆਂ ਵੀ ਨਵਦੀਪ ਕੌਰ ਨੇ ਯੋ ਵੀ ਕਿਹਾ ਵੀ ਕਾਲੇ ਨੂੰ ਰੱਦ ਇਹ ਕਹਾ ਯਾਰ ਨੌਦੀਬ ਕੈਰੀ ਕਾ ਵੀ ਜਦ ਤੱਕ ਕਾਲੇ ਨੂੰ ਰੱਦ ਨਹੀਂ ਹੁੰਦੇਗਾ ਇਹ ਬਜ਼ੂਰ ਇਸ ਤਰ੍ਹਾਂ ਲੜਦੇ ਰਹੇਗੇ ਨੌਦੀਬ ਨੇ ਕਹੇ ਵੀ ਪੁਲਿਸ ਐਕਟਿਵਿਸਟ ਸੀਪ ਕੁਮਾਰ ਨੂੰ ਟਾਰਚਰ ਕਰ ਰਹੀ ਯਾਰ ਔਰ ਬਹੁਤ ਮਾਰਿਆ ਉਸ ਨੂੰ ਇੱਥੋਂ ਤੱਕ ਕਿ ਰੀੜ ਦੀ ਹੱਡੀ ਤੋੜਤੀ ਕਾ ਸੀਪ ਕੁਮਾਰ ਕਿ ਰਹੀ ਹੈ ਕਿ ਮੈਂ ਮੰਗ ਕਰਾਂ ਇਹ ਕਹ ਲੋ ਵੀਰਾ ਕੰਮ ਹਲੇ ਰੁਕਿਆ ਨਹੀਂ ਕੰਮ ਤਾਂ ਚੱਲ ਰਿਹਾ ਲਾਡਾ ਡਿਸਕਸਨ ਜਿਹੜੇ ਪ੍ਰੋਗਰਾਮ ਕੇ ਵਿਚਮੀ ਮੇਰਾ ਪਾਥਰੇਗਾ ਅਗਲੀ ਗੱਲਬਾਤ ਕਰਾਂਗੇ ਪੰਜਾਬ ਕੇ ਵਿਚਮੀ ਕਰੋਨਾ कैप्टन अमरिंदर सिंह ने ऐलान करते स्कूल कॉलेज कोचिंग सेंटर करेंगे बंद इसके ऊपर भी टेलीफोन में गलेगी उ अंबानी घर के केड़ा बंदा गड्डी करके बारा बंद गए का नवे आए इन सब बातों के ऊपर आप टेलीफोन कॉल खोलेंगे थमलीफोन टेलीफोन का अपने मन की अपने दिल की बात कर सका पर इससे पहला एक छोटी जी हम ब्रेक ब्रेक के बाद आप इसी प्रोग्राम इसी तरह कंटिन्यू थारे गैल रखेंगे